ਸਤਿ ਸ਼੍ਰੀ ਅਕਾਲ ਜੀ, ਜਸ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅਤੇ ਮੈਂ ਅਮਨਦੀਪ ਸਿੰਘ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਬੋਲਦਾ। ਪੰਜਾਬ ਕੀ ਬੋਲਦਾ? ਜਦੋਂ ਸਿਹਤ ਸਹੂਲਤਾਂ ਦੀ ਗੱਲ ਚੱਲਦੀ ਹੈ ਤਾਂ ਉਦੋਂ ਪੰਜਾਬ ਕੀ ਬੋਲਦਾ ਹੈ? ਪੰਜਾਬ ਦੇ ਕੈਬਨਿਟ ਕੀ ਬੋਲਦੀ ਹੈ? ਪੰਜਾਬ ਦੇ ਮੰਤਰੀ, ਪੰਜਾਬ ਦੇ ਵਿਧਾਇਕ ਅਤੇ ਪੰਜਾਬ ਦੀ ਆਵਾਮ ਕੀ ਬੋਲਦੀ ਹੈ? ਦੋਸਤੋ, ਲੋਕ ਸਭਾ ਚੋਣਾਂ ਸਿਰ 'ਤੇ ਨੇ। ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਭਰਮਾਉਣ ਦੇ ਲਈ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਸਿਹਤ ਸਹੂਲਤਾਂ ਦੇਣ ਦੇ ਨਾਂ ਦੇ ਉੱਤੇ। ਅੱਜ ਅਸੀਂ ਚੰਡੀਗੜ੍ਹ ਦੇ PGI ਪੁੱਜੇ ਹਾਂ, ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਵਿੱਚ, ਜਿੱਥੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਸਿਹਤ ਸਹੂਲਤਾਂ ਪ੍ਰਤੀ ਕੀ ਬੋਲਦਾ ਹੈ। ਜੋ ਵਾਅਦੇ ਪੰਜਾਬ ਦੀ ਕੈਬਨਿਟ ਕਰਦੀ ਹੈ, ਜੋ ਵਾਅਦੇ ਪੰਜਾਬ ਸਰਕਾਰ ਕਰਦੀ ਹੈ, ਜੋ ਵਾਅਦੇ ਕੇਂਦਰ ਸਰਕਾਰ ਕਰਦੀ ਹੈ, ਕਿ ਉਹ ਵਾਅਦੇ ਸੱਚਮੁੱਚ ਪੂਰੇ ਹੁੰਦੇ ਨੇ, ਕਿ ਜੋ ਬਾਕੀ ਵਾਅਦੇ ਲਾਰੇ ਨਿਕਲਦੇ ਨੇ, ਸਿਹਤ ਸਹੂਲਤਾਂ ਦਾ ਵਾਅਦਾ ਵੀ ਕਿਤੇ ਲਾਰਾ ਹੀ ਤਾਂ ਨਹੀਂ? ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ, ਇਹਨਾਂ ਸਾਰੇ ਸਵਾਲਾਂ ਦੇ ਉੱਤੇ ਲੋਕਾਂ ਦੀ ਰਾਏ ਜਾਣਨ ਦੇ ਲਈ ਅਸੀਂ ਅੱਜ ਪੁੱਜੇ ਹਾਂ ਚੰਡੀਗੜ੍ਹ ਦੇ ਵਿੱਚ, ਅਤੇ ਜਾਣਦੇ ਹਾਂ ਕਿ ਸਿਹਤ ਸਹੂਲਤਾਂ ਦੇ ਪ੍ਰਤੀ ਪੰਜਾਬ ਕੀ ਬੋਲਦਾ ਹੈ। ਅਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਜਾਬ ਦੀ ਆਵਾਮ ਦੇ ਕੋਲ। ਇੱਥੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦੀ ਜੋ ਗੱਲ ਸਰਕਾਰਾਂ ਕਰਦੀਆਂ ਨੇ, ਕਿ ਅਸਲ ਮਾਇਨੇ ਦੇ ਵਿੱਚ ਉਹ ਸਹੂਲਤਾਂ ਪੰਜਾਬ ਦੀ ਆਵਾਮ ਨੂੰ, ਦੇਸ਼ ਦੇ ਲੋਕਾਂ ਨੂੰ ਉਹ ਸਹੂਲਤਾਂ ਮਿਲਦੀਆਂ ਨੇ। ਗੱਲਬਾਤ ਕਰਕੇ ਜਾਣਦੇ ਹਾਂ ਕਿ ਜੋ ਸਹੂਲਤਾਂ ਲੈਣ ਦੇ ਲਈ ਇਹ ਲੋਕ ਇੱਥੇ ਪੁੱਜੇ ਹੋਏ ਨੇ, ਉਹਨਾਂ ਸਹੂਲਤਾਂ ਜਿਹੜੀਆਂ ਲਈ ਇੱਥੇ ਪੁੱਜੇ ਹੋਏ ਨੇ, ਉਹ ਸਹੂਲਤਾਂ ਇਹਨਾਂ ਨੂੰ ਮਿਲਦੀਆਂ ਵੀ ਨੇ ਕਿ ਨਹੀਂ, ਕਿ ਬਾਕੀ ਲਾਰਿਆਂ ਦੀ ਤਰ੍ਹਾਂ ਇਹ ਵੀ ਲਾਰੇ ਹੀ ਨੇ? ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕਰਮਜੀਤ ਜੀ, ਤੁਸੀਂ ਇੱਥੇ PGI ਦੇ ਵਿੱਚ ਕਿਉਂ ਆਏ ਹੋਏ ਹੋ? ਇੱਥੇ ਇਸੇ ਕਰਕੇ ਆਏ ਹਾਂ ਜੀ, ਜਿਵੇਂ ਹੁਣ ਬਠਿੰਡਾ ਤੋਂ ਆਏ ਹਾਂ, ਬਠਿੰਡਾ ਤੋਂ ਸਾਨੂੰ ਸਹੂਲਤ ਨਹੀਂ ਮਿਲੀ, ਸਾਡੀ ਸੁਣਾਈ ਨਹੀਂ ਹੋਈ, ਮਰੀਜ਼ ਨੂੰ ਜਿਵੇਂ ਲਿਆਏ ਉਵੇਂ ਅਸੀਂ ਬੈਠੇ ਰਹੇ। ਜਦੋਂ ਉੱਥੇ ਸਾਡੀ ਸੁਣਾਈ ਨਹੀਂ ਹੋਈ, ਫਿਰ ਸਾਨੂੰ ਉਹਨਾਂ ਨੇ ਰੈਫਰ ਕਰਤਾ ਵੀ PGI ਜਾਓ। ਜੇ ਹੁਣ ਇੱਥੇ PGI ਆਏ ਹਾਂ, ਇੱਥੇ ਸਾਡੀ ਸੁਣਾਈ ਹੋਈ ਹੈ, ਚਲੋ ਤਾਂ ਮਰੀਜ਼ 'ਤੇ ਡਿਪੈਂਡ ਕਰਦਾ ਵੀ ਉਹ ਮਰੀਜ਼ ਵੀ ਹਜੇ ਉਹ ਸਹੀ ਨਹੀਂ ਤਾਂ ਉਹ ਡਾਕਟਰ ਨਹੀਂ ਕਰਦੇ, ਉਹ ਤਾਂ ਵੱਖਰੀ ਗੱਲ ਹੈ ਨਾ। ਪਰ ਉੱਥੇ ਇਹ ਨਹੀਂ ਗਾ, ਉੱਥੇ ਤਾਂ ਇੱਕ ਬਸ ਪੈਸੇ ਵੱਲ ਹੀ ਭੱਜਿਆ, ਕੋਈ ਮਰੀਜ਼ ਨੂੰ ਦੇਖਦਾ ਹੀ ਨਹੀਂ ਹੈ ਜੀ। ਤੁਹਾਨੂੰ ਕੀ ਲੱਗ ਰਿਹਾ, ਤੁਸੀਂ ਬਠਿੰਡਾ ਤੋਂ ਚੱਲ ਕੇ ਚੰਡੀਗੜ੍ਹ ਪੁੱਜੇ ਹੋ, ਜੇ ਇਹੋ ਜਿਹੀਆਂ ਸਹੂਲਤਾਂ ਤੁਹਾਨੂੰ ਬਠਿੰਡਾ ਦੇ ਵਿੱਚ ਮਿਲਦੀਆਂ, ਕਿ ਲੋੜ ਸੀ ਅੱਜ ਚੰਡੀਗੜ੍ਹ ਆਉਣ ਦੀ ਆਪਣਾ ਮਰੀਜ਼ ਲੈ ਕੇ? ਨਾ ਜੀ, ਫਿਰ ਕਦੇ ਵਾਸਤੇ ਆਉਣਾ ਸੀ, ਆਪਾਂ ਇੰਨੀ ਦੂਰ ਕਿਉਂ ਆਉਣਾ ਸੀ? ਨਾਲੇ ਮਰੀਜ਼ ਔਖਾ, ਨਾਲੇ ਆਪਾਂ ਔਖੇ, ਦੇਖੋ ਇਹ ਤਾਂ ਇੱਕ ਮੁਸਾਫਰੀ ਹੋ ਗਈ, ਇੰਨੀ ਦੂਰ ਉੱਥੇ ਬਿਲਕੁਲ ਨੇੜੇ ਬੈਠੇ ਸੀਗੇ, ਬਠਿੰਡਾ ਦੇ ਵਿੱਚ ਰਹਿਸ਼ ਸੀਗੀ, ਉੱਥੋਂ ਆਪਦੇ ਮਰੀਜ਼ ਨੂੰ ਘਰ ਵੀ ਲਿਜਾ ਸਕਦੇ ਸੀਗੇ, ਅਤੇ ਇੱਥੇ ਹੁਣ ਇੰਨੀ ਦੂਰ ਆ, ਇਹ ਤਾਂ ਹੁਣ ਇੱਕ ਝੌਂਕੀ ਝੌਂਪੜੀ ਵਾਲੇ ਵਾਂਗ ਬਹਿਣ ਵਾਲੀ ਗੱਲ ਹੋ ਗਈ ਨਾ। ਅੱਛਾ, ਤੁਸੀਂ ਹੁਣ ਇੱਥੇ ਬਾਹਰ ਬੈਠੇ ਹੋ, ਕੀ ਲੱਗ ਰਿਹਾ ਕਿ ਜੋ ਸਹੂਲਤਾਂ ਦੀ ਗੱਲ ਸਰਕਾਰਾਂ ਕਰਦੀਆਂ ਨੇ, ਉਹ ਅਸਲ ਮਾਇਨੇ ਦੇ ਵਿੱਚ ਆਮ ਲੋਕਾਂ ਤੱਕ ਸਹੂਲਤਾਂ ਪਹੁੰਚਦੀਆਂ ਨੇ? ਇੱਥੇ ਜੋ ਟ੍ਰੀਟਮੈਂਟ ਤੁਹਾਡੇ ਮਰੀਜ਼ ਨੂੰ ਦਿੱਤਾ ਜਾ ਰਿਹਾ ਹੈ, ਜਿਸ ਤਰ੍ਹਾਂ ਦੇ ਹਾਲਾਤ ਸੀ ਉਸ ਤਰ੍ਹਾਂ ਦਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ, ਸੰਤੁਸ਼ਟ ਉਸ ਟ੍ਰੀਟਮੈਂਟ ਤੋਂ? ਹਾਂਜੀ, ਉਹ ਟ੍ਰੀਟਮੈਂਟ ਦਿੱਤਾ ਜਾਂਦਾ, ਪਰ ਉਹ ਵੈਸੇ ਜਿਵੇਂ ਆਪਾਂ ਬੈਠੇ ਹਾਂ, ਸਰਕਾਰ ਨੂੰ ਇਹ ਚਾਹੀਦਾ ਵੀ ਸ਼ੈੱਡ ਵਗੈਰਾ ਸਾਰੇ ਪਾਏ ਜਾਣ, ਅਤੇ ਵੀ ਕਿੰਨਾ ਔਖਾ ਜਦੋਂ ਮੀਂਹ ਆਉਂਦਾ, ਅਤੇ ਥੋੜ੍ਹੀ ਜਿਹੀ ਐਂ ਤਾਂ ਦਿੱਕਤ ਆ ਰਹੀ ਹੈ, ਇੱਕ ਵੀ ਹੁਣ ਪੀਣ ਵਾਲਾ ਪਾਣੀ ਹੈ, ਵੇਖੋ ਅੰਦਰੋਂ ਹੀ ਲੈਣ ਜਾਓ, ਅੰਦਰੋਂ ਹੀ ਪੀਓ, ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਤਾਂ ਆਉਂਦਾ ਹੀ ਹੈ, ਦਿੱਕਤ ਆਉਂਦੀ ਹੈ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੈਂ ਗੁਰਮੇਲ ਸਿੰਘ ਬੋਲ ਰਿਹਾ ਜੀ, ਬਠਿੰਡੇ ਤੋਂ ਜੀ। ਗੁਰਮੇਲ ਸਿੰਘ ਜੀ, ਤੁਸੀਂ PGI ਦੇ ਵਿੱਚ ਆਇਓ, ਸਿਹਤ ਸਹੂਲਤਾਂ ਪ੍ਰਤੀ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ, ਕੈਬਨਿਟ ਦੇ ਵਿੱਚ ਵੱਡੇ ਵੱਡੇ ਲੋਕਾਂ ਦੇ ਨਾਲ ਵਾਅਦੇ ਕਰ ਦਿੱਤੇ ਜਾਂਦੇ ਨੇ ਕਿ ਇਸ ਤਰ੍ਹਾਂ ਦੀਆਂ ਸਹੂਲਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਹੁਣ PGI ਦੇ ਵਿੱਚ ਤੁਹਾਨੂੰ ਉਹ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ, PGI ਦੇ ਜੋ ਟ੍ਰੀਟਮੈਂਟ ਨੇ ਉਸ ਤੋਂ ਸੰਤੁਸ਼ਟ ਹੋ? ਜੋ ਸਾਨੂੰ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ, ਜੋ PGI ਦੇ ਵਿੱਚ ਸਹੂਲਤ ਦਿੱਤੀ ਜਾਂਦੀ ਹੈ, ਉਹ ਸਾਨੂੰ ਪੰਜਾਬ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਰ ਹਸਪਤਾਲਾਂ ਦੇ ਵਿੱਚ ਸਹੂਲਤਾਂ ਸਰਕਾਰੀਆਂ 'ਚ ਨਹੀਂ ਮਿਲਦੀਆਂ। ਸਾਨੂੰ ਪ੍ਰਾਈਵੇਟ ਕੋਲ ਜਾਣਾ ਪੈਂਦਾ, ਜਿਨ੍ਹਾਂ ਦਾ ਕਿ ਖਰਚਾ ਇੰਨਾ ਜ਼ਿਆਦਾ ਹੈ ਵੀ ਜਿਹੜਾ 2-2.5 ਕਿੱਲਿਆਂ ਵਾਲਾ ਉਸ ਨੂੰ ਪੂਰਾ ਨਹੀਂ ਕਰ ਸਕਦਾ। ਜੇ ਹੁਣ ਬਠਿੰਡੇ ਦੇ ਵਿੱਚ ਏਮਜ਼ ਵਗੈਰਾ ਚੱਲਿਆ ਹੋਵੇ ਤਾਂ ਉੱਧਰ ਦੇ ਲੋਕਾਂ ਨੂੰ ਉਹ ਸਹੂਲਤਾਂ ਉੱਥੇ ਦਿੱਤੀਆਂ ਜਾ ਸਕਦੀਆਂ, ਉਹ ਸਾਨੂੰ ਸਾਰੀਆਂ ਸਹੂਲਤਾਂ ਉੱਥੇ ਨਾ ਮਿਲਣ ਕਰਕੇ ਸਾਨੂੰ ਇੱਥੋਂ ਤੱਕ ਆਉਣਾ ਪੈਂਦਾ। ਜਦੋਂ ਇੱਥੋਂ ਤੱਕ ਅਸੀਂ ਉਦੋਂ ਪਹੁੰਚਦੇ ਹਾਂ ਜਦੋਂ ਮਰੀਜ਼ ਆ ਜਿਹੜਾ ਬਿਲਕੁਲ ਮਰਨ ਕਿਨਾਰੇ ਹੁੰਦਾ, ਉਹਦੇ ਵਿੱਚ 90% ਆ ਜਿਹੜੇ ਚਾਂਸ ਖਤਮ ਹੋ ਚੁੱਕੇ ਹੁੰਦੇ ਆ, 10% ਹੁੰਦੇ ਆ ਬੰਦੇ ਦੇ, ਤਾਂ ਇੱਥੋਂ ਅਸੀਂ ਸੰਤੁਸ਼ਟ ਹਾਂ। ਪਰ ਇੱਥੇ ਇੰਨਾ PGI ਦੇ ਵਿੱਚ ਹੁਣ ਬੈੱਡ ਇੰਨੇ ਥੋੜ੍ਹੇ ਹੁੰਦੇ ਆ ਵੀ ਸਾਰੇ ਮਰੀਜ਼ਾਂ ਨੂੰ ਬੈੱਡ ਨਹੀਂ ਦਿੱਤੇ ਜਾ ਸਕਦੇ, ਸਟਰੈਚਰਾਂ ਦੇ ਉੱਤੇ ਪਏ ਆ,
ਪੁਲਿਸ ਸਟੂਲਾਂ ਦੇ ਉੱਤੇ ਬੈਠੇ ਆ, ਇੰਨਾ ਰਸ਼ ਆ ਅੰਦਰ ਵੀ ਮਰੀਜ਼ ਨੂੰ ਉੱਥੇ ਪਾਸਾ ਲੈਣਾ ਵੀ ਔਖਾ ਹੈ। ਮਤਲਬ ਉਹਨੂੰ ਜਿੰਨੀ ਮਰੀਜ਼ ਨੂੰ ਆਰਾਮਦਾਰੀ ਚਾਹੀਦੀ ਹੈ, ਬੈੱਡ ਦੇ ਉੱਤੇ ਹੋਵੇ, ਆਰਾਮ ਨਾਲ ਉਹ ਪਵੇ, ਪਾਸਾ ਲੈ ਸਕਦਾ, ਲੱਤ ਮਾਰ ਸਿੱਧੀ ਕਰ ਸਕਦਾ, ਪਰ ਉਹ ਜਿਹੜੀ ਸਹੂਲਤਾਂ ਉਹ ਉਨਾ ਆਰਾਮ ਨਹੀਂ ਉਹਨੂੰ ਮਿਲਦਾ ਗਾ। ਅੱਛਾ, ਤੁਹਾਡੇ ਮੁਤਾਬਿਕ ਪੀ ਜੀ ਆਈ ਦੇ ਵਿੱਚ ਜਿਹੜੀਆਂ ਸਹੂਲਤਾਂ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਸੀ ਉਹ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਖੱਜਲ ਖੁਆਰੀ ਕੀਤੀ ਜਾਂਦੀ ਹੈ ਮੇਰੀ ਦੀ, ਤੁਸੀਂ ਕੀ ਚਾਹੁੰਦੇ ਹੋ ਸਰਕਾਰ ਕਿਸ ਤਰ੍ਹਾਂ ਦੀ ਨੀਤੀ ਬਣਾਵੇ, ਕਿਸ ਤਰ੍ਹਾਂ ਦਾ ਸਿਹਤ ਸਹੂਲਤਾਂ ਨੂੰ ਹੋਰ ਅਪਗ੍ਰੇਡ ਕਰੇ ਤਾਂ ਜੋ ਇਸ ਤਰ੍ਹਾਂ ਦੀ ਸਥਿਤੀ ਨਾ ਬਣੇ? ਸਰਕਾਰ ਨੂੰ ਚਾਹੀਦਾ ਹੈ ਵੀ ਇਹ ਬੈੱਡ ਵਗੈਰਾ ਦਾ ਇਹਨਾਂ ਦਾ ਵਾਧਾ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਦੇ ਹਸਪਤਾਲ ਆ ਜਿਹੜੇ ਪੰਜਾਬ ਦੇ ਵਿੱਚ ਹੋਰ ਵੀ ਜਗ੍ਹਾ ਜਗ੍ਹਾ ਬਣਾਉਣੇ ਚਾਹੀਦੇ ਆ ਤਾਂ ਕਿ ਬਹੁਤ ਹੀ ਦੂਰ ਲੋਕਾਂ ਨੂੰ ਨਾ ਜਾਣਾ ਪਵੇ, ਸਾਰੀਆਂ ਸਹੂਲਤਾਂ ਉੱਥੇ ਮਿਲਣ। ਬਾਕੀ ਡਾਕਟਰਾਂ ਵੱਲੋਂ ਅਸੀਂ ਸੰਤੁਸ਼ਟ ਹੈ, ਉਹ ਬਹੁਤ ਵਧੀਆ ਇਲਾਜ ਚੱਲ ਰਿਹਾ, ਬਹੁਤ ਕਰਦੇ, ਬਹੁਤ ਵਧੀਆ ਹੈ, ਪਰ ਜੋ ਬਾਹਰ ਜਿਵੇਂ ਟੋਇਲਟ ਹੈ ਜਾਂ ਹੋਰ ਹੈ ਉਹਨਾਂ ਦਾ ਥੋੜ੍ਹਾ ਬਹੁਤਾ ਵੀ ਅਰੇਂਜਮੈਂਟ ਕਰਨਾ ਚਾਹੀਦਾ ਹੈ ਵੀ ਲੋਕਾਂ ਨੂੰ ਜਿਹੜਾ ਬਾਥਰੂਮ ਜਾਣਾ ਜਾਂ ਹੋਰ ਹੈ। ਇੱਕ ਖਾਸ ਕਰਕੇ ਮੈਂ ਗੱਲ ਸੋਚੀ ਹੈ ਵੀ ਜੋ ਲੇਡੀ ਦੇ ਬਾਥਰੂਮ ਹੈ ਜੇ ਤਾਂ ਬੰਦਾ ਜਾਂਦਾ ਹੈ ਤਾਂ ਉਹ ਤਾਂ ਫ੍ਰੀ ਹੈ, ਜੇ ਲੇਡੀ ਜਾਂਦੀ ਹੈ ਉਹ ਤੋਂ 5 ਰੁਪਏ ਲੈ ਜਾਂਦੇ ਤਾਂ ਕੀ ਲੇਡੀਜ਼ ਹਰੇਕ ਵਾਰੀ ਉਹ ਲੈਟਰੀ ਨਹੀਂ ਜਾਂਦੀ ਹੈ ਤਾਂ ਉਹ 10-20 ਰੁਪਏ ਰੋਜ਼ ਦੇ ਖਰਚਾ ਵੱਖਰਾ ਪੈਂਦੇ। ਤਾਂ ਇਹੋ ਜਿਹੀਆਂ ਜਿਹੜੀਆਂ ਸਹੂਲਤਾਂ ਲੇਡੀਜ਼ ਵਾਸਤੇ ਫ੍ਰੀ ਹੋਣੀਆਂ ਚਾਹੀਦੀਆਂ, ਜਦੋਂ ਕਿ ਸਰਕਾਰ ਇਹ ਕਰਦੀ ਹੈ ਵੀ ਅਸੀਂ ਲੇਡੀਜ਼ ਨੂੰ ਵੀ ਜਿਹੜੀਆਂ ਹੈਗੀਆਂ ਅਧਿਕਾਰ ਆ ਜਿਹੜੇ ਬਰਾਬਰ ਦੇ ਹੈ, ਪਰੰਤੂ ਇਹ ਅਧਿਕਾਰ ਜਿਹੜੇ ਬਰਾਬਰ ਨਹੀਂ ਦਿੱਤੇ ਜਾਂਦੇ ਜੀ। ਹਾਂਜੀ, ਅੱਛਾ, ਲੋਕਾਂ ਦੇ ਨਾਲ ਗੱਲਬਾਤ ਕੀਤੀ, ਬਠਿੰਡਾ ਤੋਂ ਆਏ ਹੋਏ ਸਨ, ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੋ ਸਰਕਾਰ ਦੇ ਵੱਲੋਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਉਹ ਕਿਤੇ ਨਾ ਕਿਤੇ ਅੱਧ ਅਧੂਰੀਆਂ ਹੁੰਦੀਆਂ ਨੇ, ਜੇ ਇਹੋ ਜਿਹੀ ਸੁਵਿਧਾ ਉਹਨਾਂ ਨੂੰ ਬਠਿੰਡਾ ਦੇ ਵਿੱਚ ਮਿਲਦੀ ਤਾਂ ਅੱਜ ਇਹ ਨੌਬਤ ਨਾ ਆਉਂਦੀ ਕਿ ਇਹ ਲੋਕਾਂ ਨੂੰ ਸਹੂਲਤਾਂ ਲੈਣ ਦੇ ਲਈ ਇੱਥੇ ਚੰਡੀਗੜ੍ਹ ਦੇ ਵਿੱਚ ਧੱਕੇ ਖਾਣੇ ਪੈਂਦੇ। ਬਹੁਤ ਸਾਰੀਆਂ ਜਿਹੜੀਆਂ ਅਸੁਵਿਧਾਵਾਂ ਵੀ ਇਹਨਾਂ ਦੇ ਵੱਲੋਂ ਗਿਣਾਈਆਂ ਗਈਆਂ ਕਿ ਪੀ ਜੀ ਆਈ ਦੇ ਵਿੱਚ ਬੈੱਡਾਂ ਦੀ ਘਾਟ ਹੈ, ਡਾਕਟਰਾਂ ਦੀ ਘਾਟ ਹੈ, ਮਰੀਜ਼ ਨੂੰ ਕੋਈ ਚੰਗੀ ਤਰ੍ਹਾਂ ਪੁੱਛ ਨਹੀਂ ਰਿਹਾ, ਦਰ ਦਰ ਦੀਆਂ ਠੋਕਰਾਂ ਖਾਣ ਦੇ ਲਈ ਇੱਥੇ ਲੋਕ ਮਜਬੂਰ ਨੇ। ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਚਾਹੇ ਪੰਜਾਬ ਦੇ ਲੋਕ ਹੋਣ, ਚਾਹੇ ਜੰਮੂ ਕਸ਼ਮੀਰ ਦੇ ਲੋਕ ਹੋਣ, ਸਾਰਿਆਂ ਦੇ ਲਈ ਇੱਕੋ ਰੱਖ ਹੈ ਪੀ ਜੀ ਆਈ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪੰਜਾਬ ਬੋਲਦਾ ਦੇ ਵਿੱਚ। ਪੰਜਾਬ ਸਿਹਤ ਸਹੂਲਤਾਂ ਪ੍ਰਤੀ ਕੀ ਬੋਲਦਾ ਹੈ ਇਹ ਤਾਂ ਤੁਸੀਂ ਦੇਖ ਚੁੱਕੇ ਹੋ, ਸਿਹਤ ਸਹੂਲਤਾਂ ਦਾ ਪੰਜਾਬ ਦੇ ਵਿੱਚ ਕੀ ਹਾਲ ਹੈ ਇਹ ਜਾਣਨ ਦੇ ਲਈ ਕੁਝ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਈ। ਕੀ ਨਾਮ ਹੈ ਜੀ ਤੁਹਾਡਾ? ਸੁਰਮੁਖ ਸਿੰਘ। ਅੱਛਾ ਸੁਰਮੁਖ ਜੀ, ਕਿੱਥੋਂ ਆਏ ਹੋ? ਅਸੀਂ ਤਾਂ ਖੇੜੀ ਤਾਂ ਆਏ, ਮਰੀਜ਼ ਹੈਗਾ ਉਸ ਕੀ ਖਬਰ ਨੂੰ ਆਏ ਜੀ, ਸਾਡਾ ਮਰੀਜ਼ ਨਹੀਂ ਹੈ, ਅਸੀਂ ਖਬਰ ਨੂੰ ਆਏ। ਅੱਛਾ, ਤੁਹਾਡਾ ਮਰੀਜ਼ ਇੱਥੇ ਹੈਗਾ ਮੌਜੂਦ, ਤੁਸੀਂ ਜੋ ਸਿਹਤ ਸਹੂਲਤਾਂ ਇਸ ਹਸਪਤਾਲ ਤੋਂ ਚਾਹੁੰਦੇ ਸੀ ਉਸ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਤੁਹਾਨੂੰ ਮਿਲ ਰਹੀਆਂ? ਉਹ ਤਾਂ ਸਾਨੂੰ ਮਿਲ ਰਹੀਆਂ ਜੀ, ਇਲਾਜ ਬੜਾ ਹੋ ਰਿਹਾ, ਮਹਾਰਾਜ ਦੇ ਠੀਕ ਹੋ ਰਿਹਾ। ਅੱਛਾ, ਕੀ ਤੰਗੀ ਮਹਿਸੂਸ ਹੋ ਰਹੀ ਹੈ ਇਸ ਵਕਤ ਤੁਹਾਨੂੰ ਪੀ ਜੀ ਆਈ ਦੇ ਵਿੱਚ? ਤੰਗੀ ਹੈ ਜਿਹੜੇ ਮਰੀਜ਼ ਪਏ ਵਿਚਾਰੇ ਨੇ ਬਾਹਰ ਰੁਲ ਰਹੇ ਪਏ, ਜਿਹੜੇ ਨੇ ਆ ਰਹੇ ਆ ਮਰੀਜ਼ਾਂ ਦੇ ਨਾਲ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਅਰੂਪ ਸਿੰਘ ਜੀ। ਅਰੂਪ ਜੀ, ਜੋ ਸਿਹਤ ਸਹੂਲਤਾਂ ਦੇ ਦਾਅਵੇ ਪੰਜਾਬ ਸਰਕਾਰ ਕਰਦੀ ਹੈ, ਤੁਹਾਨੂੰ ਕੀ ਲੱਗਦਾ ਕਿ ਅਸਲ ਮਾਇਨੇ ਦੇ ਵਿੱਚ ਉਹ ਸਿਹਤ ਸਹੂਲਤਾਂ ਆਮ ਲੋਕਾਂ ਤੱਕ ਪੁੱਜਦੀਆਂ ਨੇ? ਹਾਂਜੀ ਸਰ, ਪੁੱਜਦੀਆਂ। ਹੁਣ ਇੱਥੇ ਅਸੀਂ ਮਰੀਜ਼ ਨੂੰ ਲੈ ਕੇ ਆਏ ਜੀ, ਅੰਦਰ ਸਾਨੂੰ ਕੋਈ ਦਿੱਕਤ ਨਹੀਂ ਹੈ। ਅੱਛਾ, ਕਿੱਥੋਂ ਆਏ ਤੁਸੀਂ? ਬਾਦਲ ਪਿੰਡ ਤੋਂ ਜੀ। ਅੱਛਾ, ਬਾਦਲ ਯਾਨੀ ਬਠਿੰਡਾ ਤੋਂ ਆਏ ਹੋ ਤੁਸੀਂ? ਅੱਛਾ, ਤੁਹਾਨੂੰ ਕੀ ਲੱਗਦਾ ਕਿ ਤੁਸੀਂ ਬਠਿੰਡੇ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਤੈਅ ਕਰਕੇ ਪੁੱਜੇ ਹੋ? ਜੇ ਤੁਹਾਨੂੰ ਇਹੀ ਸਿਹਤ ਸਹੂਲਤਾਂ ਬਠਿੰਡੇ ਦੇ ਵਿੱਚ ਮਿਲਦੀਆਂ ਕਿ ਚੰਡੀਗੜ੍ਹ ਆਉਣਾ ਜ਼ਰੂਰੀ ਸੀ? ਜੇ ਇਲਾਜ ਨਹੀਂ ਸਾਨੂੰ ਫਿੱਟ ਲੱਗਿਆ ਜੀ, ਅਸੀਂ ਇੱਥੇ ਆ ਗਏ। ਅੱਛਾ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਲਾਜ ਦੀ ਕਮੀ ਹੈ ਤਾਂ ਹੀ ਚੰਡੀਗੜ੍ਹ ਆਉਣਾ ਹੋਇਆ? ਇਹ ਤਾਂ ਹੈ ਜੀ। ਠੀਕ ਹੈ ਸਰ, ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਦੀਆਂ ਨੀਤੀਆਂ ਸਰਕਾਰ ਬਣਾਵੇ ਤਾਂ ਜੋ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਤੀ ਦਿੱਕਤ ਨਾ ਮਹਿਸੂਸ ਹੋਵੇ? ਇਹ ਤਾਂ ਜੀ ਹੁਣ ਅਸੀਂ ਕੀ ਕਰ ਸਕਦੇ ਹਾਂ, ਤਾਂ ਸਰਕਾਰ ਨੂੰ ਚਾਹੀਦਾ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਲਖਵਿੰਦਰ ਸਿੰਘ ਜੀ। ਅੱਛਾ ਲਖਵਿੰਦਰ ਜੀ, ਕਿੱਥੋਂ ਆਏ ਹੋ? ਅਸੀਂ ਬਾਦਲ ਪਿੰਡ ਤੋਂ ਆਏ ਜੀ, ਲੜਕੀ ਬਿਮਾਰ ਹੈ ਸਾਡੀ, ਹੁਣ ਲੈ ਕੇ ਆਏ। ਕੀ ਲੱਗ ਰਿਹਾ ਕਿ ਜੋ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦੇ ਸਰਕਾਰ ਦਾਅਵੇ ਕਰਦੀ ਹੈ ਉਹ ਦਾਅਵੇ ਅਸਲ ਮਾਇਨੇ ਦੇ ਵਿੱਚ ਸੱਚ ਨੇ? ਸਿਹਤ ਸਹੂਲਤਾਂ ਠੀਕ ਨੇ ਪੰਜਾਬ ਦੇ ਵਿੱਚ? ਨਹੀਂ, ਪੰਜਾਬ ਦੇ ਵਿੱਚ ਦੇਖੋ ਜੋ ਸਿਹਤ ਸਹੂਲਤਾਂ ਇੰਨੀ ਜ਼ਿਆਦਾ ਨਹੀਂ ਮਿਲ ਰਹੀ ਹੈ, ਵਧੀਆ ਬਹੁਤ ਜ਼ਿਆਦਾ ਮਹਿੰਗੀ ਹੈਗੀ ਹੈ ਜੋ ਹੈਗੀ ਹੈ ਮੈਡੀਸਨ ਵਗੈਰਾ ਜਾਂ ਇਲਾਜ, ਜੋ ਮਹਿੰਗੇ ਮਹਿੰਗੇ ਡਾਕਟਰ ਹੈਗੇ ਜਿਵੇਂ ਬਠਿੰਡੇ ਦੇ ਵਿੱਚ ਆਪਾਂ ਦੇਖੀਏ
ਤਾਂ ਬਹੁਤ ਮਹਿੰਗੇ ਡਾਕਟਰ ਆ ਉੱਥੇ, ਬਹੁਤ ਮਹਿੰਗਾ ਇਲਾਜ ਕਰ ਰਹੇ ਆ, ਜਿਹੜਾ ਕਿ ਗਰੀਬ ਆਦਮੀ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਦੂਰ ਹੈ। ਸਰਕਾਰ ਨੂੰ ਚਾਹੀਦਾ ਕਿ ਜੋ ਪਬਲਿਕ ਦੀਆਂ ਇਹ ਮੇਨ ਮੁੱਦੇ ਹੁੰਦੇ ਆ ਜਿਵੇਂ ਸਿਹਤ ਦਾ ਜਾਂ ਪੜ੍ਹਾਈ ਦਾ, ਇਹਦੇ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਅੱਛਾ, ਬਠਿੰਡਾ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਨੇ, ਕੀ ਲੱਗ ਰਿਹਾ ਕਿ ਉਹ ਤੰਦਰੁਸਤ ਨੇ ਸਰਕਾਰੀ ਹਸਪਤਾਲ ਖੁਦ? ਉੱਥੇ ਡਾਕਟਰਾਂ ਦੀ ਕਮੀ ਤਾਂ ਨਹੀਂ ਹੈ ਜਾਂ ਉੱਥੇ ਇਨਫਰਾਸਟ੍ਰਕਚਰ ਪੂਰਾ ਹੈ, ਕਿਸੇ ਤਰ੍ਹਾਂ ਦੀ ਲੋਕਾਂ ਨੂੰ ਦਿੱਕਤ ਆ ਰਹੀ ਹੋਵੇ? ਹਾਂ, ਉੱਥੇ ਮਤਲਬ ਕਿ ਕੁੱਲ ਮਿਲਾ ਕੇ ਵੀ ਜ਼ਿਆਦਾ ਵਧੀਆ ਨਹੀਂ ਆਪਾਂ ਕਹਿ ਸਕਦੇ, ਠੀਕ ਠੀਕ ਹੈ। ਵੀ ਜਿਵੇਂ ਹੁਣ ਅਗਰ ਉੱਥੇ ਪੂਰਾ ਇਲਾਜ ਹੁੰਦਾ ਤਾਂ ਸਾਨੂੰ ਇੱਥੇ PGI ਚੰਡੀਗੜ੍ਹ ਆਉਣ ਦੀ ਇੰਨੀ ਦੂਰ ਜ਼ਰੂਰਤ ਨਹੀਂ ਸੀਗੀ। ਅੱਛਾ, ਉੱਥੋਂ ਇੱਥੇ ਆਇਓ ਚੰਡੀਗੜ੍ਹ ਦੇ ਵਿੱਚ, ਇੱਥੇ ਜਿਹੜੀ ਆਸ ਦੇ ਨਾਲ ਤੁਸੀਂ ਪੁੱਜੇ ਸੀ ਉਹ ਆਸ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ ਡਾਕਟਰਾਂ ਦੇ ਵੱਲੋਂ, ਹਸਪਤਾਲ ਦੇ ਸਟਾਫ ਦੇ ਵੱਲੋਂ ਪੂਰੀ ਤਹਿ ਦਿਲੀ ਦੇ ਨਾਲ ਤੁਹਾਡੇ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਜਾਂ ਫਿਰ ਅਜੇ ਵੀ ਕੋਈ ਕਮੀ ਹੈ? ਦੇਖੋ ਸਰ, ਡਾਕਟਰਾਂ ਵੱਲੋਂ ਤਾਂ ਆਪਦਾ ਪੂਰਾ ਜ਼ੋਰ ਲਾਇਆ ਜਾ ਰਿਹਾ, ਉਹ ਤਾਂ ਤਨਦੇਹੀ ਨਾਲ ਕੰਮ ਕਰਦੇ ਆ, ਪਰ ਜਿਹੜੇ ਇੱਥੇ ਜਗ੍ਹਾ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਆ, ਮਰੀਜ਼ਾਂ ਦੇ ਠਹਿਰਾਉਣ ਵਾਸਤੇ ਵੀ ਸਾਨੂੰ ਬੈੱਡ ਨਹੀਂ ਮਿਲਿਆ ਹਾਲੇ ਤੱਕ। ਅਸੀਂ 2-3 ਦਿਨ ਦੇ ਆਏ ਹੋਏ ਹਾਂ, ਹਾਲੇ ਤੱਕ ਮਰੀਜ਼ ਨੂੰ ਬੈੱਡ ਨਹੀਂ ਮਿਲਿਆ, ਸਟ੍ਰੈਚਰ ਦੇ ਉੱਤੇ ਮਰੀਜ਼ ਹੈਗਾ। ਔਰ ਜਿਹੜੇ ਨਾਲ ਆਉਂਦੇ ਆ ਰਿਸ਼ਤੇਦਾਰ, ਉਹਨਾਂ ਨੂੰ ਵੀ ਤੁਸੀਂ ਦੇਖ ਰਹੇ ਹੋ ਬਾਹਰ ਕਿਵੇਂ ਸੜਕਾਂ 'ਤੇ ਰੁਲ ਰਹੇ ਆ, ਬਾਹਰ ਸੌਣਾ ਪੈਂਦਾ, ਅੰਦਰ ਕੋਈ ਇੱਥੇ ਜਗ੍ਹਾ ਦੀ ਠਹਿਰਨ ਦੀ ਸਹੂਲਤ ਨਹੀਂ ਹੈ। ਅੱਛਾ, ਸਟ੍ਰੈਚਰ ਦੀ ਤੁਸੀਂ ਮੰਗ ਕੀਤੀ ਅੰਦਰ, ਕਿ ਬੈੱਡ ਦੀ ਤੁਸੀਂ ਮੰਗ ਕੀਤੀ ਕਿ ਸਾਡੇ ਮਰੀਜ਼ ਨੂੰ ਬੈੱਡ ਦਿੱਤਾ ਜਾਵੇ, ਕੀ ਕਾਰਨ ਕਿਹਾ ਉਹਨਾਂ ਨੇ ਬੈੱਡ ਨਾ ਦੇਣ ਦਾ? ਬੈੱਡ ਕਹਿੰਦੇ ਹਾਲੇ ਖਾਲੀ ਨਹੀਂ, ਹਜੇ ਖਾਲੀ ਹੋਊਗਾ ਫਿਰ ਮਿਲੇ ਜੀ। ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ, ਫਿਰ ਉਹੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਤੇ ਨਾ ਕਿਤੇ ਮਰੀਜ਼ਾਂ ਨੂੰ ਜਾਂ ਤਾਂ ਸਟ੍ਰੈਚਰ ਨਹੀਂ ਮਿਲ ਰਹੇ ਜਾਂ ਬੈੱਡ ਨਹੀਂ ਮਿਲ ਰਹੇ ਜਾਂ ਮਰੀਜ਼ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਹੁੰਦੀ। ਲੋਕ ਫਿਰ ਉਹੀ ਗੱਲ ਕਿ ਲੋਕ ਮਜਬੂਰ ਨੇ ਪੰਜਾਬ ਦੇ ਵਿੱਚ ਦਰ ਦਰ ਦੀਆਂ ਠੋਕਰਾਂ ਖਾਣ ਦੇ ਲਈ, ਕਿਉਂਕਿ ਉਹ ਲੋਕ ਨੇ ਮਜਬੂਰ ਹੋ ਕੇ ਇਸ ਸੰਸਥਾ ਦੇ ਕੋਲ ਪੁੱਜਦੇ ਨੇ ਆਪਣੇ ਮਰੀਜ਼ ਦੇ ਲਈ, ਉਹਨਾਂ ਨੂੰ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਾ ਸਕੇ। ਪਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਮਰੀਜ਼ ਅਤੇ ਮਰੀਜ਼ ਦੇ ਨਾਲ ਵਾਲੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ। ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪੰਜਾਬ ਬੋਲਦਾ ਦੇ ਵਿੱਚ। ਸਿਹਤ ਸਹੂਲਤਾਂ ਪ੍ਰਤੀ ਪੰਜਾਬ ਕੀ ਸੋਚ ਰਿਹਾ ਹੈ, ਅਤੇ ਉਹ ਸੋਚਣ ਤੋਂ ਬਾਅਦ ਜਦੋਂ ਪੰਜਾਬ ਦੇ ਦਿਮਾਗ ਦੇ ਵਿੱਚ ਪੰਜਾਬ ਦੇ ਆਗੂਆਂ ਦੇ ਬਿਆਨ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਦਰੁਸਤ ਨੇ, ਪੰਜਾਬ ਨੂੰ ਸਿਹਤ ਯਾਬ ਬਣਾਉਣ ਦੇ ਲਈ ਸਰਕਾਰਾਂ ਜੱਦੋ ਜਹਿਦ ਕਰ ਰਹੀਆਂ ਨੇ, ਕਿ ਸੱਚਮੁੱਚ ਸਰਕਾਰਾਂ ਪੰਜਾਬ ਨੂੰ ਸਿਹਤ ਯਾਬ ਬਣਾਉਣ ਦੇ ਲਈ ਜੱਦੋ ਜਹਿਦ ਕਰਦੀਆਂ ਨੇ? ਆਓ ਜਾਣਦੇ ਆ ਇੱਥੇ ਚੰਡੀਗੜ੍ਹ ਦੇ ਵਿੱਚ ਆਏ ਹੋਏ ਲੋਕਾਂ ਦੇ ਨਾਲ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਜਲੰਧਰ ਸਿੰਘ ਜੀ। ਅੱਛਾ ਜਲੰਧਰ ਜੀ, ਤੁਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਕਿਉਂ ਆਏ ਹੋ? ਆਪਣਾ ਮਰੀਜ਼ ਲੈ ਕੇ ਆਏ ਜੀ। ਜੀ, ਅੱਛਾ ਜਲੰਧਰ ਦੇ ਵਿੱਚ ਉਹ ਸਾਰੀਆਂ ਸੁਵਿਧਾਵਾਂ ਤੁਹਾਨੂੰ ਨਹੀਂ ਮਿਲੀਆਂ ਕਿ ਚੰਡੀਗੜ੍ਹ ਦੇ ਵਿੱਚ ਆਉਣਾ ਹੋਇਆ? ਹਾਂਜੀ ਹਾਂਜੀ, ਅਸੀਂ ਪਹਿਲਾਂ ਫਰੀਦਕੋਟ ਸਾਂ, ਉੱਥੋਂ ਬੱਚੇ ਨੂੰ ਉਹਨਾਂ ਨੇ ਇੱਥੇ ਕਰਤਾ ਵੀ ਰੈਫਰ ਕਰਤਾ ਵੀ ਚੰਡੀਗੜ੍ਹ ਲੈ ਕੇ ਜਾਓ। ਹੁਣ ਇੱਥੇ ਲੈ ਕੇ ਆਏ ਹਾਂ ਅਤੇ ਇੱਥੇ ਇਲਾਜ ਚੱਲੀ ਜਾਂਦੇ ਆ, ਮਰੀਜ਼ ਦੀ ਮੰਦੀ ਹਾਲਤ ਆ ਸਾਡੇ ਵਿੱਚ, ਇਹਦੇ ਐਕਸੀਡੈਂਟ ਹੋਇਆ ਅਤੇ ਬਹੁਤ ਮੰਦੀ ਹਾਲ ਆ। ਅੱਛਾ, ਇੱਥੇ ਜੋ ਇਲਾਜ ਤੁਹਾਡੇ ਮਰੀਜ਼ ਦਾ ਚੱਲ ਰਿਹਾ ਹੈ ਉਸ ਤੋਂ ਸੰਤੁਸ਼ਟ ਹੋ? ਸੰਤੁਸ਼ਟ ਹੀ ਹਾਂ ਜੀ। ਕੋਈ ਦਿੱਕਤ ਪਰੇਸ਼ਾਨੀ ਆਈ ਹੋਵੇ? ਪਰੇਸ਼ਾਨੀ ਇਹ ਆ ਵੀ ਪਰੇਸ਼ਾਨੀਆਂ ਕਈ ਰਕਮ ਦੀਆਂ ਹੈਗੀਆਂ ਵੀ ਆ, ਜਿਵੇਂ ਹੁਣ ਮੈਂ ਗੱਲ ਕਰਾਂ ਵੀ ਇਹਦੇ ਵਿੱਚ ਇਹ ਆ ਵੀ ਇਹ ਕਈਆਂ ਬਾਹਰਲੀਆਂ ਸਟੇਟਾਂ ਨੂੰ ਇੱਥੇ ਫਰੀ ਇਲਾਜ ਹੋ ਰਿਹਾ ਕਈਆਂ ਦਾ, ਅਤੇ ਸਾਨੂੰ ਪੰਜਾਬ ਨੂੰ ਫਰੀ ਇਲਾਜ ਨਹੀਂ ਕਰਕੇ ਦੇ ਰਹੇ। ਉਹ ਆਉਂਦੇ ਆ ਵੀ ਤੁਹਾਡੇ ਪੰਜਾਬ ਸਰਕਾਰ ਦਾ ਸਾਨੂੰ ਕੋਈ ਇੱਥੇ ਫੰਡ ਨਹੀਂ ਮਿਲ ਰਿਹਾ ਅਤੇ ਤੁਹਾਡੀਆਂ ਹੀ ਫਾਈਲਾਂ ਪੋਲ ਫਰੀ ਨਹੀਂ ਕਰਨੀਆਂ, ਅਤੇ ਇਸ ਕਰਕੇ ਨਾ ਇਹਨਾਂ ਗੱਲਾਂ ਦਾ ਪਰੇਸ਼ਾਨ ਆ ਵੀ ਜੇ ਸਰਕਾਰ ਇਹਨਾਂ ਨੂੰ ਕੋਈ ਹੈਲਪ ਕਰੇ ਤਾਂ ਆਪਾਂ ਨੂੰ ਗਰੀਬਾਂ ਦਾ ਮਾੜਿਆਂ ਦਾ ਇਲਾਜ ਕਰ ਸਕਦੇ ਆ। ਅੱਛਾ, ਜੋ ਡਾਕਟਰਾਂ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ, ਇਲਾਜ ਕੀਤਾ ਜਾ ਰਿਹਾ ਹੈ, ਬਿਲਕੁਲ ਸਹੀ ਦਰੁਸਤ ਇਲਾਜ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ? ਹਾਂਜੀ ਹਾਂਜੀ ਹਾਂਜੀ, ਬਹੁਤ ਇਲਾਜ ਤਾਂ ਬਹੁਤ ਕਰ ਰਹੇ ਹਾਂ ਬੜਾ। ਅੱਛਾ, ਸਰਕਾਰ ਦੇ ਕੋਲੋਂ ਕੀ ਕੀ ਮੰਗ ਕਰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਸਿਹਤ ਸਹੂਲਤਾਂ ਪ੍ਰਤੀ ਕਿਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਆ ਪੰਜਾਬ ਸਰਕਾਰ ਦੇ ਲਈ? ਚੁੱਕਣੇ ਚਾਹੀਦੇ, ਇਹਨਾਂ ਨੂੰ ਕਰਨਾ ਚਾਹੀਦਾ, ਇਹਨਾਂ ਨੂੰ ਇੱਥੇ ਫੰਡ ਦਿਆ ਕਰਨ, ਜਿਹੜੇ ਆਪਣੇ ਗਰੀਬ ਆਉਂਦੇ ਆ ਉਹਨਾਂ ਦੀ ਕੋਈ ਹੈਲਪ ਹੋਵੇ, ਉਹਨਾਂ ਵਿਚਾਰਿਆਂ ਦਾ ਇੱਥੇ ਇਲਾਜ ਸਹੀ ਹੋ ਸਕੇ। ਉਹ ਕਈ ਇਲਾਜ ਪੈਸਿਆਂ ਕੋਲੋਂ ਜਿਹੜਾ ਨਹੀਂ ਕਰਵਾ ਰਹੇ ਆਪਣੇ ਬੱਚਿਆਂ ਦਾ ਜਾਂ ਕਿਸੇ ਵੀ ਮਰੀਜ਼ ਦਾ, ਉਹ ਜ਼ਿਆਦਾ ਪਰੇਸ਼ਾਨੀ ਇਸੇ ਗੱਲ ਦੀ ਆ ਵੀ ਜਿਵੇਂ ਹੋਰ ਸਟੇਟਾਂ ਨੂੰ ਇੱਥੇ ਪੋਲ ਫਰੀ ਹੋ ਕੇ ਇਲਾਜ ਹੁੰਦਾ ਹੈ, ਉਸੇ ਤਰ੍ਹਾਂ ਪੰਜਾਬ ਦਾ ਵੀ ਸਾਡਿਆਂ ਦਾ ਸਾਰਿਆਂ ਦਾ ਭਰਾਵਾਂ ਦਾ ਇੱਥੇ ਇਲਾਜ ਹੋਵੇ ਜੇ ਕੋਈ ਸਰਕਾਰਾਂ ਦੀ ਹੈਲਪ ਕਰੇ।
ਅੱਛਾ, ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਜ਼ਿਲ੍ਹਾ ਹਸਪਤਾਲ ਨੇ ਉੱਥੇ ਹਰ ਤਰ੍ਹਾਂ ਦਾ ਇਲਾਜ ਮਿਲਦਾ ਹੈ, ਜੇ ਇਲਾਜ ਮਿਲਦਾ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਕਿੱਥੋਂ ਆ ਜਾਂਦੇ ਨੇ? ਨਹੀਂ ਨਹੀਂ, ਫਿਰ ਹੋ ਸਕਦਾ ਨਾ ਮਿਲਦਾ ਹੋਵੇ ਕਈ ਥਾਈ, ਪਰ ਇੱਥੇ ਇਲਾਜ ਕਰਕੇ ਲੋਕ ਆਉਂਦੇ ਆ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਓਮਕਾਰ ਸਿੰਘ ਹੈ। ਅੱਛਾ ਓਮਕਾਰ ਜੀ, ਤੁਸੀਂ ਚੰਡੀਗੜ੍ਹ ਦੇ ਵਿੱਚ ਕਿਉਂ ਆਏ ਹੋ? ਮੇਰਾ ਲੀਵਰ ਦਾ ਅਤੇ ਕਿਡਨੀ ਦਾ ਇਲਾਜ ਚੱਲ ਰਿਹਾ, ਮੈਂ ਡਿਸਟ੍ਰਿਕਟ ਬਰੇਲੀ ਯੂਪੀ ਤੋਂ ਬੋਲਦਾ। ਅੱਛਾ, ਅੱਛਾ, ਅਤੇ ਜੋ ਇੱਥੋਂ ਤੁਸੀਂ ਇਲਾਜ ਦੀ ਭਾਲ ਦੇ ਵਿੱਚ ਇੱਥੇ ਪੁੱਜੇ ਹੋ, ਕੀ ਤੁਹਾਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਇਲਾਜ ਕੀਤਾ ਜਾਂਦਾ ਹੈ, ਮਰੀਜ਼ਾਂ ਦੀ ਦੇਖਭਾਲ ਕੀਤੀ ਜਾਂਦੀ ਹੈ, ਉਸ ਅਸਲ ਮਾਇਨੇ ਦੇ ਵਿੱਚ ਠੀਕ ਹੈ? ਹਾਂ, ਮੇਰੇ ਹਿਸਾਬ 'ਤੇ ਤਾਂ ਬਹੁਤ ਵਧੀਆ ਹੈ। ਹਾਂ, ਉਹ ਯੂਪੀ 'ਚ ਨਹੀਂ ਹੈਗਾ ਜਿਹੜਾ ਇਲਾਜ ਇੱਥੇ ਚੰਡੀਗੜ੍ਹ 'ਚ ਸਾਨੂੰ ਮਹਿਸੂਸ ਹੋਇਆ ਜੀ। ਅਤੇ ਕੀ ਮੰਗ ਕਰਦੇ ਹੋ ਸਰਕਾਰ ਦੇ ਅੱਗੇ ਕਿ ਇਲਾਜ ਨੂੰ ਹੋਰ ਜ਼ਿਆਦਾ ਬਿਹਤਰੀਨ ਬਣਾਉਣ ਦੇ ਲਈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕਿਸ ਤਰ੍ਹਾਂ ਦੇ ਕਦਮ ਚੁੱਕੇ? ਨਹੀਂ, ਇਲਾਜ ਬਿਹਤਰ ਹੋਣਾ ਚਾਹੀਦਾ ਜੀ, ਬਹੁਤ ਬਿਹਤਰ ਹੋਣਾ ਚਾਹੀਦਾ, ਪਰ ਯੂਪੀ ਨਾਲੋਂ ਜਿਹੜੀ ਸਹੂਲਤ ਇੱਥੇ ਮਿਲਦੀ ਸਾਨੂੰ ਯੂਪੀ ਜਾਂ ਉੱਤਰਾਂਚਲ ਦੇ ਵਿੱਚ ਨਹੀਂ ਮਿਲਦੀ। ਇੱਥੇ ਕੁਝ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਨਾਲ ਸਿਹਤ ਸਹੂਲਤਾਂ ਪ੍ਰਤੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਭਾਈ, ਮੇਰਾ ਨਾਮ ਮਨਦੀਪ ਸਿੰਘ ਹੀਰ। ਅੱਛਾ, ਮਨਦੀਪ ਸਿੰਘ ਜੀ, ਕਿੱਥੋਂ ਆਏ ਹੋ? ਮੈਂ ਬੇਸਿਕਲੀ ਲੁਧਿਆਣੇ ਤੋਂ ਆਇਆ ਹਾਂ ਉਦਾਂ ਜੀ। ਅੱਛਾ, ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਪ੍ਰਤੀ ਤੁਸੀਂ ਕੀ ਸੋਚਦੇ ਹੋ ਕਿ ਕਿਸ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਪੰਜਾਬ ਸਰਕਾਰ ਦੇ ਵੱਲੋਂ ਜਾਂ ਕੇਂਦਰ ਸਰਕਾਰ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ? ਵੈਸੇ ਤਾਂ ਠੀਕ ਹੀ ਨੇ ਸਿਹਤ ਸਹੂਲਤਾਂ ਦਾ, ਜਿਵੇਂ ਪ੍ਰਾਈਵੇਟ ਹੋਸਪਿਟਲ ਨੇ, ਠੀਕ ਆ ਉੱਧਰ ਸਿਹਤ ਸਹੂਲਤਾਂ। ਬਾਕੀ ਇੱਧਰ ਸੀਗਾ ਪੀ ਜੀ ਆਈ ਆਉਣਾ ਹੋਇਆ, ਕਿਉਂਕਿ ਐਡਮਿਟ ਹੋਇਆ ਮੇਰਾ ਕਜ਼ਨ, ਉਹ ਸਿੱਧਾ ਹਿਮਾਚਲ ਤੋਂ ਇੱਥੇ ਰੈਫਰ ਕੀਤਾ ਉਹਨੂੰ, ਇੱਥੇ ਠੀਕ ਆ, ਅੱਜ ਉਹਦੀ ਛੁੱਟੀ ਹੋਣ ਵਾਲੀ ਆ ਜੀ। ਅੱਛਾ, ਜੋ ਇਲਾਜ ਪੀ ਜੀ ਆਈ ਦੇ ਵਿੱਚ ਜਾਂ ਪੰਜਾਬ ਦੀਆਂ ਹੋਰ ਸੰਸਥਾਵਾਂ ਹਸਪਤਾਲਾਂ ਦੇ ਵਿੱਚ ਦਿੱਤਾ ਜਾਂਦਾ ਹੈ, ਉਸ ਤੋਂ ਸੰਤੁਸ਼ਟ ਹੋ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਕਿ ਵਧੀਆ ਟ੍ਰੀਟਮੈਂਟ ਪੰਜਾਬ ਦੇ ਲੋਕਾਂ ਦੇ ਲਈ ਕੀਤਾ ਜਾ ਰਿਹਾ ਹੈ, ਅਸਲ ਮਾਇਨੇ ਦੇ ਵਿੱਚ ਮਿਲ ਰਿਹਾ ਉਸ ਤਰ੍ਹਾਂ ਦਾ ਟ੍ਰੀਟਮੈਂਟ? ਹਾਂਜੀ ਭਾਅ ਜੀ, ਮਿਲਦਾ ਤਾਂ ਪਿਆ ਵਾ ਜੀ। ਕਿਸੇ ਤਰ੍ਹਾਂ ਦੀ ਕੋਈ ਦਿੱਕਤ, ਕੋਈ ਪਰੇਸ਼ਾਨੀ ਆਈ ਹੋਵੇ ਇਸ ਸਮੇਂ ਦੌਰਾਨ? ਨਹੀਂ ਭਾਅ ਜੀ, ਇੱਦਾਂ ਦੀ ਕੋਈ ਦਿੱਕਤ ਨਹੀਂ ਆਈ ਹਾਲੇ ਤੱਕ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ? ਪੰਚਮ ਸਿੰਘ। ਅੱਛਾ ਪੰਚਮ ਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਡਿਸਟ੍ਰਿਕਟ ਪੂਨਾ, ਹਿਮਾਚਲ ਪ੍ਰਦੇਸ਼। ਅੱਛਾ, ਹਿਮਾਚਲ ਤੋਂ ਆਏ ਹੋ? ਹਿਮਾਚਲ ਤੋਂ ਤੁਸੀਂ ਚੰਡੀਗੜ੍ਹ ਆਏ ਹੋ? ਹਾਂਜੀ ਹਾਂਜੀ। ਕੀ ਲੱਗ ਰਿਹਾ ਕਿ ਜੋ ਸਹੂਲਤਾਂ ਇੱਥੇ ਚੰਡੀਗੜ੍ਹ ਦੇ ਵਿੱਚ ਮਿਲ ਰਹੀਆਂ ਹੈ ਉਹ ਅਸਲ ਮਾਇਨੇ ਦੇ ਵਿੱਚ ਵਧੀਆ ਸਹੂਲਤਾਂ ਨੇ ਸਿਹਤ ਮਾਮਲੇ ਦੇ ਲਈ? ਨਾ, ਵਧੀਆ ਸਹੂਲਤਾਂ, ਮੇਰਾ ਬੱਚਾ 5-6 ਦਿਨ 'ਤੇ ਐਡਮਿਟ ਹੈ ਅਤੇ ਅੱਜ ਛੁੱਟੀ ਹੋ ਰਹੀ, ਅਤੇ ਚਲੋ ਟੰਗ ਤੋਂ ਕੱਟੀ ਗਈ ਪਰ ਸਹੂਲਤ ਤੋਂ ਪੂਰੀ ਮਿਲੀ ਨਹੀਂ ਜੀ। ਅੱਛਾ, ਡਾਕਟਰਾਂ ਦੇ ਵੱਲੋਂ, ਪੀ ਜੀ ਆਈ ਦੇ ਸਟਾਫ ਦੇ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਨਾਲ ਵਿਵਹਾਰ ਕੀਤਾ ਗਿਆ, ਵਧੀਆ ਟ੍ਰੀਟਮੈਂਟ ਕੀਤਾ ਗਿਆ? ਨਾ, ਸਾਡੇ ਨਾਲ ਵਧੀਆ ਵਿਵਹਾਰ ਕੀਤਾ ਗਿਆ ਜੀ, ਅਤੇ ਵਧੀਆ ਇਲਾਜ ਜੋ ਵੀ ਹੈ ਨੇ। ਹਾਂਜੀ ਜੀ। ਅੱਛਾ, ਪੰਜਾਬ ਸਰਕਾਰ ਦੇ ਕੋਲੋਂ ਜਾਂ ਫਿਰ ਕੇਂਦਰ ਸਰਕਾਰ ਦੇ ਕੋਲੋਂ ਸਿਹਤ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਦੇ ਲਈ ਕਿਸ ਤਰ੍ਹਾਂ ਦੀ ਮੰਗ ਰੱਖਦੇ ਹੋ? ਮੰਗ ਇਹੀ ਹੈ ਵੀ ਸਹੂਲਤਾਂ ਮਿਲਣ ਜੋ ਵੀ ਆਇਆ ਕਰਦਾ, ਜਿੱਦਾਂ ਅਸੀਂ ਆਏ ਟਾਈਮ ਨੂੰ ਟਾਈਮ, ਚਲੋ ਇੱਥੇ ਤਾਂ ਸਾਨੂੰ ਕਾਫੀ ਬੈਨੀਫਿਟ ਮਿਲੇ ਆਉਣ 'ਤੇ ਨਹੀਂ। ਹਾਂਜੀ। ਅੱਛਾ, ਜੋ ਜਿਸ ਤਰ੍ਹਾਂ ਦੀ ਕੇਂਦਰ ਸਰਕਾਰ ਦੇ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਨੇ, ਪੰਜਾਬ ਸਰਕਾਰ ਦੇ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਨੇ ਸਿਹਤ ਸਹੂਲਤਾਂ ਦੇ, ਅਸਲ ਮਾਇਨੇ ਦੇ ਵਿੱਚ ਵੀ ਸਿਹਤ ਸਹੂਲਤਾਂ ਉਸੇ ਤਰ੍ਹਾਂ ਹੀ ਮਿਲ ਰਹੀਆਂ ਨੇ ਜਾਂ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਤੁਸੀਂ ਪਾਏ ਇੱਥੇ ਪਾਈ ਹੈਗੀ ਹੈ? ਨਾ, ਅਸੀਂ ਤਾਂ ਕੋਈ ਕਮੀ ਪੇਸ਼ੀ ਨਹੀਂ ਪਾਈ, ਸਾਡੇ ਵਾਸਤੇ ਤਾਂ ਇਹ ਬਹੁਤ ਠੀਕ ਰਿਹਾ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਸਿਹਤ ਸਹੂਲਤਾਂ ਪ੍ਰਤੀ ਪੰਜਾਬ ਦੇ ਲੋਕਾਂ ਦੀ ਕੀ ਰਾਏ ਹੈ ਇਹ ਜਾਣਨ ਦੇ ਲਈ ਅਸੀਂ ਵੱਖੋ ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਸਾਰਿਆਂ ਦੇ ਰਲੇ ਮਿਲੇ ਪ੍ਰਤੀਕਰਮ ਸਾਹਮਣੇ ਆਏ। ਕੁਝ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਬਿਹਤਰੀਨ ਨੇ ਅਤੇ ਕੁਝ ਨੇ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਵੀ ਗਣਾਈਆਂ, ਪਰ ਰਲੀ ਮਿਲੀ ਗੱਲ ਇਹ ਸਾਹਮਣੇ ਆਈ ਹੈ ਕਿ ਸਿਹਤ ਸਹੂਲਤਾਂ ਪ੍ਰਤੀ ਸਰਕਾਰਾਂ ਜੋ ਦਾਅਵੇ ਕਰਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਦਾਅਵਿਆਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਅਜੇ ਵੀ ਦੇਖਣ ਨੂੰ ਮਿਲ ਰਹੀਆਂ ਨੇ। ਸਰਕਾਰ ਤੋਂ ਆਸ ਕੀਤੀ ਜਾਂਦੀ ਹੈ ਕਿ ਲੋਕ ਸਭਾ ਚੋਣਾਂ ਸਿਰ 'ਤੇ ਨੇ ਅਤੇ ਇਹਨਾਂ ਚੋਣਾਂ ਦੇ ਵਿੱਚ ਵੱਡੇ ਵੱਡੇ ਦਾਅਵੇ ਸਰਕਾਰੀ ਨੁਮਾਇੰਦਿਆਂ ਦੇ ਵੱਲੋਂ ਕੀਤੇ ਜਾਣਗੇ, ਪਰ ਉਹਨਾਂ ਦਾਅਵਿਆਂ ਨੂੰ ਅਸਲ ਹਕੀਕਤ ਤੱਕ ਪਹੁੰਚਾਉਣ ਦੇ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਹੰਭਲੇ ਮਾਰਨ ਦੀ ਜ਼ਰੂਰਤ ਹੈ। ਅੱਜ ਦੇ ਪੰਜਾਬ ਬੋਲ ਦੇ ਵਿੱਚ ਬਸ ਇੰਨਾ ਹੀ, ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।